ਸੱਚੀ ਘਟਨਾ ਜਦੋਂ ਜਮਦੂਤਾਂ ਨੇ ਆ ਕੇ ਨਾਮ ਜਪਣ ਵਾਲੇ ਦੀ ਕੱਢਣੀ ਚਾਹੀ ਜਾਣ ਦਿੱਤੇ ਤਰ੍ਹਾਂ ਤਰ੍ਹਾਂ ਦੇ ਲਾਲਚ। ਸਾਧ ਸੰਗਤ ਜੀ, ਇਹ ਜੋ ਵਾਕਿਆ ਆ 2013 ਦੀ ਗੱਲ ਹੈ। ਗੁਰਮੁਖ ਪਿਆਰੇ ਦੱਸਦੇ ਸਨ ਕਿ ਸ਼ਾਮ ਦਾ ਵਕਤ ਸੀ, ਤਕਰੀਬਨ 8 ਵਜੇ ਸੀ। ਗੁਰੂ ਮਹਾਰਾਜ ਦੀ ਕਹਿੰਦੇ ਬਖਸ਼ਿਸ਼ ਹੋਈ, ਮੈਂ ਜਲ ਪਾਣੀ ਛੱਕ ਕੇ ਆਪਣੇ ਕਮਰੇ ਦੇ ਵਿੱਚ ਬੈੱਡ ਦੇ ਉੱਤੇ ਢੋਲ ਲਾ ਕੇ ਬੈਠਾ ਸੀ। ਇਹਨਾਂ ਨੇ ਰਿਮੋਟ ਚੱਕ ਕੇ ਟੀਵੀ ਔਨ ਕੀਤਾ, ਕਹਿੰਦੇ ਮੈਂ ਖਬਰਾਂ ਸੁਣਨ ਲੱਗਾ ਸੀ। ਇੰਨੇ ਦੇ ਵਿੱਚ ਹੀ ਕਹਿੰਦੇ ਮੇਰੇ ਕੰਨਾਂ ਦੇ ਵਿੱਚੋਂ ਆਵਾਜ਼ ਆਉਣੀ ਸ਼ੁਰੂ ਹੋ ਗਈ। ਆਵਾਜ਼ ਕੀ ਆਈ ਇਹਨਾਂ ਦੇ ਅੰਦਰੋਂ? ਕਹਿੰਦੇ ਚੱਲ ਬਈ। ਇਹਨਾਂ ਨੇ ਆਪਣਾ ਆਲਾ ਦੁਆਲਾ ਦੇਖਿਆ, ਇਹਨਾਂ ਨੇ ਆਲਾ ਦੁਆਲਾ ਦੇਖਿਆ ਕਿ ਆਵਾਜ਼ ਕਿੱਧਰੋਂ ਆਈ ਆ। ਕਹਿੰਦੇ 2-3 ਸਕਿੰਟਾਂ ਬਾਅਦ ਫਿਰ ਆਵਾਜ਼ ਆਈ ਕਿ ਤੈਨੂੰ ਲੈਣ ਵਾਸਤੇ ਚੱਲ ਪਏ, ਬਹੁਤ ਸਪੀਡ ਦੇ ਨਾਲ ਆ ਰਹੇ ਹਾਂ। ਆਵਾਜ਼ ਆ ਰਹੀ ਸੀ ਕਿ ਅਸੀਂ ਆ ਰਹੇ ਹਾਂ, ਚੱਲ ਬਈ, ਅਸੀਂ ਬਹੁਤ ਸਪੀਡ ਦੇ ਨਾਲ ਆ ਰਹੇ ਹਾਂ। ਇਹਨਾਂ ਨੇ ਆਪਣਾ ਆਲਾ ਦੁਆਲਾ ਦੇਖਿਆ ਕਿ ਆਵਾਜ਼ ਆਉਂਦੀ ਕਿੱਥੋਂ ਆ। 1 ਮਿੰਟਾਂ ਬਾਅਦ ਕਹਿੰਦੇ ਫਿਰ ਆਵਾਜ਼ ਆਈ ਕਿ ਅਸੀਂ ਪਹੁੰਚ ਗਏ, ਤੇਰੇ ਦਰਵਾਜ਼ੇ ਤੱਕ ਪਹੁੰਚ ਗਏ। ਗੁਰਮੁਖ ਪਿਆਰੇ ਸਮਝ ਗਏ, ਕਹਿੰਦੇ ਕੋਈ ਅਣਹੋਣੀ ਹੋਣ ਵਾਲੀ ਹੈ। ਕਹਿੰਦੇ ਮੈਂ ਅੱਗੋਂ ਪੁੱਛਿਆ ਕਿ ਕੌਣ ਹੋ ਬਾਬਾ? ਅੱਗੋਂ ਆਵਾਜ਼ ਆਈ, ਕਹਿੰਦੇ ਮੈਂ ਬਾਬਾ ਨਹੀਂ, ਮੈਂ ਜਮਦੂਤ ਹਾਂ, ਤੈਨੂੰ ਲੈਣ ਵਾਸਤੇ ਆਏ ਹਾਂ। ਗੁਰਮੁਖ ਪਿਆਰੇ ਕਹਿੰਦੇ ਕਿ ਸਾਡੇ ਇੱਥੇ ਨੇੜੇ ਹੀ ਗੁਰਦੁਆਰਾ ਰਾੜਾ ਸਾਹਿਬ ਹੈ। ਕਹਿੰਦੇ ਮੈਂ ਮਹਾਂਪੁਰਖਾਂ ਦੇ ਵਚਨ ਕਥਾ ਸੁਣਦਾ ਹੁੰਦਾ ਸੀ। ਮੈਨੂੰ ਕਹਿੰਦੇ ਉਹਨਾਂ ਦੀ ਕਥਾ ਦੇ ਵਿੱਚੋਂ ਇੱਕ ਵਚਨ ਯਾਦ ਆਇਆ ਕਿ ਜੇ ਅੰਤ ਸਮੇਂ ਬੰਦੇ ਦੀ ਜਿਹੜੀ ਲਿਵ ਆ, ਧਿਆਨ ਆ, ਉਹ ਪਰਮਾਤਮਾ 'ਚ ਲੱਗ ਜਾਵੇ ਤਾਂ ਉਹ ਮੁਕਤ ਹੋ ਜਾਂਦਾ। ਕਹਿੰਦੇ ਉਸੇ ਸਮੇਂ ਮੈਂ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ ਮੈਂ ਬੇਨਤੀ ਕੀਤੀ ਮਾਲਕ ਨੂੰ ਕਿ ਗੁਰੂ ਮਹਾਰਾਜ ਜੀ ਮੈਨੂੰ ਬਚਾਓ, ਮੈਂ ਕੀ ਮਾੜਾ ਕੀਤਾ ਹੈ। ਨਾਲੇ ਕਹਿੰਦੇ ਮੈਂ ਸਿਮਰਨ ਕਰੀ ਗਿਆ, ਨਾਲੇ ਇੱਦਾਂ ਬੇਨਤੀ ਕਰੀ ਗਿਆ ਕਿ ਮੈਨੂੰ ਬਚਾਓ, ਮੈਂ ਕੀ ਮਾੜਾ ਕਰ ਦਿੱਤਾ, ਮੇਰੇ 'ਤੇ ਕਿਰਪਾ ਕਰੋ, ਮੈਨੂੰ ਬਚਾਓ। ਜਦੋਂ ਕਹਿੰਦੇ ਮੈਂ ਸਿਮਰਨ ਕਰੀ ਗਿਆ, ਸ਼ੁਰੂ ਕਰ ਦਿੱਤਾ, ਤਾਂ ਫਿਰ ਆਵਾਜ਼ ਆਈ, ਕਹਿੰਦੇ ਆਹ ਤੂੰ ਕੀ ਕਰੀ ਜਾਂਦਾ? ਕਹਿੰਦੇ ਇਹ ਬੰਦ ਕਰ ਜੋ ਤੂੰ ਇਹ ਹੁਣ ਕਰ ਰਿਹਾ। ਕਹਿੰਦੇ ਬੰਦ ਕਰ ਇਹਨੂੰ ਅਤੇ ਫਟਾਫਟ ਕਹਿੰਦੇ ਬਾਹਰ ਆ। ਕਹਿੰਦੇ ਮੈਂ ਉਹਦੀ ਗੱਲ ਨਹੀਂ ਸੁਣੀ, ਬਸ ਕਹਿੰਦੇ ਮੈਂ ਸਿਮਰਨ ਦੇ ਵਿੱਚ ਲੱਗਾ ਰਿਹਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ ਸਿਮਰਨ ਕਰਦੇ ਕਰਦੇ ਮੇਰੇ 'ਤੇ ਅਜਿਹੀ ਕਿਰਪਾ ਹੋਈ। ਕਿਰਪਾ ਕਹਿੰਦੇ ਕੀ ਹੋਈ? ਕਹਿੰਦੇ ਜਦੋਂ ਮੈਂ ਆਪਣੀ ਰਸਨਾ ਦੇ ਵਿੱਚੋਂ ਇੱਕ ਵਾਰੀ ਵਾਹਿਗੁਰੂ ਕਹਿੰਦਾ ਸੀ ਤਾਂ ਆਲੇ ਦੁਆਲੇ ਉਹ ਕਹਿੰਦੇ ਇੱਦਾਂ ਲੱਗਦਾ ਸੀ ਜਿੱਦਾਂ ਪਤਾ ਨਹੀਂ ਕਿੰਨੇ ਜਾਣੇ ਬੋਲ ਰਹੇ ਆ। ਜਦੋਂ ਆਪਾਂ ਸੰਗਤ 'ਚ ਬੈਠੇ ਹੁੰਦੇ ਹਾਂ ਫਿਰ ਇੱਦਾਂ ਆਪਾਂ ਨੂੰ ਲੱਗਦਾ ਨਾ ਵੀ ਹਾਂ ਵੀ ਜੇ 10 ਜਣੇ ਬੈਠੇ ਤਾਂ 10 ਜਣਿਆਂ ਦੀ ਆਵਾਜ਼ ਆ ਰਹੀ ਆ। ਇਸੇ ਤਰ੍ਹਾਂ ਕਹਿੰਦੇ ਆਵਾਜ਼ਾਂ ਆਉਣੀ ਸ਼ੁਰੂ ਹੋ ਗਈਆਂ ਜਦੋਂ ਮੈਂ ਇੱਕ ਵਾਰ ਵਾਹਿਗੁਰੂ ਕਹਿੰਦਾ ਸੀ। ਬਸ ਕਹਿੰਦੇ ਸਾਰੇ ਕਮਰੇ ਦੇ ਵਿੱਚੋਂ ਆਵਾਜ਼ਾਂ ਆਉਣ ਲੱਗ ਪਈਆਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਸ ਕਹਿੰਦੇ ਮੈਂ ਇੱਦਾਂ ਸਿਮਰਨ ਕਰਦਾ ਰਿਹਾ। ਕਹਿੰਦੇ ਫਿਰ ਆਵਾਜ਼ ਆਈ ਕਿ ਚੁੱਪ ਕਰਕੇ ਬਾਹਰ ਆ ਜਾ, ਜੇ ਤੂੰ ਬਾਹਰ ਨਾ ਆਇਆ ਫਿਰ ਮੈਂ ਅੰਦਰ ਆ ਜਾਣਾ ਅਤੇ ਫਿਰ ਮੈਂ ਘੜੀਸ ਕੇ ਲੈ ਕੇ ਜਾਣਾ। ਮੈਨੂੰ ਕਹਿੰਦੇ ਬਾਹਰ ਆ, ਇਹਨੂੰ ਬੰਦ ਕਰ ਅਤੇ ਆਪਾਂ ਚੱਲੀਏ, ਸਾਡੇ ਕੋਲ ਕਹਿੰਦੇ ਇੰਨਾ ਸਮਾਂ ਨਹੀਂ ਹੈ। ਕਹਿੰਦੇ ਮੈਂ ਸਿਮਰਨ ਕਰਦਾ ਕਰਦਾ ਥੋੜ੍ਹਾ ਘਬਰਾਇਆ ਅਤੇ ਉੱਠ ਕੇ ਕਮਰੇ ਵਿੱਚੋਂ ਬਾਹਰ ਨਿਕਲ ਕੇ ਆਪਣੇ ਗੇਟਾਂ ਵੱਲ ਨੂੰ ਗਿਆ। ਜਦੋਂ ਕਹਿੰਦੇ ਮੈਂ ਆਪਣੇ ਗੇਟਾਂ ਵੱਲ ਨੂੰ ਆਇਆ ਤਾਂ ਕਹਿੰਦੇ ਮੇਰੇ ਘਰ ਦੇ ਆਏ, ਕਹਿੰਦੇ ਇੰਨੀ ਰਾਤ ਨੂੰ ਤੂੰ ਕਿੱਧਰ ਚੱਲਾਂ? ਕਹਿੰਦੇ ਮੈਂ ਬਸ ਬੋਲਿਆ ਕੁਝ ਨਹੀਂ, ਆਪਣੇ ਘਰਦਿਆਂ ਨੂੰ ਹੱਥ ਜਿਹਾ ਮਾਰ ਕੇ ਦੱਸ ਦਿੱਤਾ ਉੱਪਰ ਨੂੰ ਕਿ ਮੈਂ ਚੱਲਿਆ।
ਕਹਿੰਦੇ ਘਰ ਦੇ ਕਹਿੰਦੇ ਕਹਿੰਦੇ ਰਾਤ ਦਾ ਟਾਈਮ ਆ, ਤੂੰ ਕਿੱਧਰ ਨੂੰ ਚੱਲਾਂ? ਘਰ ਦੇ ਕਹਿੰਦੇ ਮੈਨੂੰ ਧੂ ਧੂ ਕੇ ਅੰਦਰ ਨੂੰ ਲਿਜਾਣ, ਵੀ ਰਾਤ ਦਾ ਟਾਈਮ ਆ, ਤੂੰ ਬਾਹਰ ਕਿੱਧਰ ਚੱਲਾਂ? ਕਹਿੰਦੇ ਮੈਂ ਬਾਹਰ ਨੂੰ ਜਾਵਾਂ। ਕਹਿੰਦੇ ਫਿਰ ਆਵਾਜ਼ ਆਈ ਮੈਨੂੰ ਕਿ ਤੂੰ ਬਾਹਰ ਨਿਕਲ, ਜੇ ਮੈਂ ਅੰਦਰ ਆ ਗਿਆ ਤੈਨੂੰ ਬਹੁਤ ਤੰਗ ਪਰੇਸ਼ਾਨ ਕਰੂੰਗਾ। ਕਹਿੰਦੇ ਤੈਨੂੰ ਮੈਂ ਘੜੀਸ ਕੇ ਲੈ ਕੇ ਜਾਣਾ ਅਤੇ ਗਧੇ ਦੇ ਮਗਰ ਬੰਨਣਾ। ਮੈਨੂੰ ਕਹਿੰਦੇ ਉਹਨਾਂ ਨੇ ਡਰਾਉਣਾ ਸ਼ੁਰੂ ਕਰ ਦਿੱਤਾ। ਮੇਰੇ ਘਰ ਦੇ ਕਹਿੰਦੇ ਮੈਨੂੰ ਦੁਬਾਰਾ ਕਮਰੇ ਦੇ ਵਿੱਚ ਲੈ ਗਏ। ਫਿਰ ਕਹਿੰਦੇ ਉੱਥੇ ਜਾ ਕੇ ਮੈਂ ਦੁਬਾਰਾ ਫਿਰ ਸਿਮਰਨ ਸ਼ੁਰੂ ਕਰ ਦਿੱਤਾ। ਕਹਿੰਦੇ ਮੈਂ ਵਾਹਿਗੁਰੂ ਵਾਹਿਗੁਰੂ ਕਰੀ ਗਿਆ। ਸਿਮਰਨ ਕਰਦੇ ਕਰਦੇ ਕਹਿੰਦੇ ਮੈਨੂੰ ਫਿਰ ਆਵਾਜ਼ ਆਈ ਕਿ ਬਾਹਰ ਆ ਜਾ, ਨਹੀਂ ਤਾਂ ਅੰਦਰ ਆ ਕੇ ਮੈਂ ਤੈਨੂੰ ਬਹੁਤ ਤੰਗ ਪਰੇਸ਼ਾਨ ਕਰੂੰਗਾ। ਉਹਨੇ ਕਿਹਾ ਕਹਿੰਦੇ ਮੈਂ ਨੰਗਾ ਕਰਕੇ ਘੜੀਸਣਾ ਤੈਨੂੰ, ਕੜਾਹੇ ਦੇ ਤੇਲ ਦੇ ਵਿੱਚ ਵੀ ਸੁੱਟਣਾ ਤੈਨੂੰ। ਕਹਿੰਦੇ ਤੂੰ ਜੋ ਕਰ ਰਿਹਾ ਹੁਣ ਇਸ ਸਮੇਂ, ਮਤਲਬ ਇਹ ਸਿਮਰਨ ਕਰਦੇ ਪਏ ਸੀ, ਕਹਿੰਦੇ ਤੂੰ ਇਹ ਸਿਮਰਨ ਬੰਦ ਕਰਕੇ ਬਾਹਰ ਨੂੰ ਆ ਜਾ। ਮੈਂ ਕਹਿੰਦੇ ਤੇਰੇ ਗੇਟ 'ਤੇ ਖੜ੍ਹਾ ਹਾਂ ਅਤੇ ਆਪਾਂ ਚੱਲੀਏ, ਮੈਂ ਹੋਰ ਵੀ ਬਹੁਤ ਬੰਦੇ ਲੈ ਕੇ ਜਾਣੇ। ਉਹ ਕਹਿੰਦੇ ਮੈਂ ਤੇਰੇ ਇਕੱਲੇ ਵਾਸਤੇ ਨਹੀਂ ਆਇਆ, ਇਹਨੂੰ ਬੰਦ ਕਰ ਦੇ ਸਿਮਰਨ ਨੂੰ। ਪਰ ਕਹਿੰਦੇ ਮੈਂ ਅੰਤਰਗਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰਦਾ ਰਿਹਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸੇ ਤਰ੍ਹਾਂ ਕਹਿੰਦੇ ਮੈਂ ਸਿਮਰਨ ਕਰਦਾ ਰਿਹਾ। ਕਹਿੰਦੇ ਉਸ ਤੋਂ ਬਾਅਦ ਮੈਂ ਕੀ ਵੇਖਿਆ ਕਿ ਦੋ ਆਦਮਖੋਰ ਬੰਦੇ ਅੰਦਰ ਨੂੰ ਆ ਰਹੇ ਆ। ਇੱਕ ਕਹਿੰਦੇ ਸਿੱਧਾ ਆ ਰਿਹਾ ਸੀ ਅਤੇ ਦੂਜਾ ਪੁੱਠਾ ਆ ਰਿਹਾ ਸੀ। ਜਦੋਂ ਕਹਿੰਦੇ ਗੇਟ ਦੇ ਅੰਦਰ ਆ ਗਏ ਤਾਂ ਕਹਿੰਦੇ ਮੈਂ ਪਹਿਲਾਂ ਹੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਉਹਨਾਂ ਦਾ ਕਹਿੰਦੇ ਕੀਰਤਨ ਚਲਾਉਂਦਾ ਹੁੰਦਾ ਸੀ। ਕਹਿੰਦੇ ਉਹ ਕੀਰਤਨ ਚੱਲਦਾ ਪਿਆ ਸੀ ਜਦੋਂ ਅੰਦਰ ਆਏ ਨਾ, ਅਤੇ ਮੈਂ ਰੋਜ਼ਾਨਾ ਕਹਿੰਦੇ ਲਾਉਂਦਾ ਹੁੰਦਾ ਸੀ। ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਕਥਾ ਬਾਰੇ ਉਹ ਬਾਬਾ ਜੀ ਦੱਸਦੇ ਪਏ ਸੀ। ਜਦੋਂ ਕਹਿੰਦਾ ਦੋਵੇਂ ਜਣੇ ਅੰਦਰ ਆਏ, ਜਿਹੜਾ ਕਹਿੰਦੇ ਅੱਗੇ ਸੀਗਾ ਉਹਨੇ ਪਿਛਲੇ ਆਦਮਖੋਰ ਨੂੰ ਕਿਹਾ ਉਹ ਤੂੰ ਤਾਂ ਮੈਨੂੰ ਫਸਾ ਦਿੱਤਾ, ਇੱਥੇ ਤਾਂ ਅੰਦਰ ਗੁਰਬਾਣੀ ਚੱਲਦੀ ਆ। ਉਹ ਕਹਿੰਦਾ ਨਾ ਹੁਣ ਮੈਂ ਅੱਗੇ ਜਾ ਸਕਦਾ, ਨਾ ਹੁਣ ਮੈਂ ਪਿੱਛੇ ਜਾ ਸਕਦਾ। ਉਹ ਉਹਨੂੰ ਦੱਸੇ ਕਹਿੰਦਾ ਮੈਂ ਤਾਂ ਬਹੁਤ ਕਸੂਤਾ ਫਸ ਗਿਆ। ਜਿਹੜਾ ਕਹਿੰਦੇ ਪਿੱਛੇ ਸੀਗਾ ਆਦਮਖੋਰ ਜਮਦੂਤ, ਉਹ ਕਹਿੰਦਾ ਠਹਿਰ ਇੱਥੇ ਮੈਂ ਪਿੱਛੋਂ ਹੁਕਮ ਲੈਂਦਾ। ਕਹਿੰਦੇ ਜਦੋਂ ਉਹਨੇ ਇੱਦਾਂ ਕਿਹਾ ਤਾਂ ਮੈਨੂੰ ਕਹਿੰਦੇ ਆਪਣੇ ਨਾਲ ਦੇ ਘਰ ਦੇ ਵਿੱਚ, ਜਿਵੇਂ ਕਹਿੰਦੇ ਪਾਣੀ ਵਾਲੀ ਟੈਂਕੀ ਹੁੰਦੀ ਆ ਬਹੁਤ ਵੱਡੀ, ਕਹਿੰਦੇ ਏਡਾ ਵੱਡਾ ਕਾਲੇ ਰੰਗ ਦਾ ਜਮਦੂਤ ਆਦਮਖੋਰ ਮੈਨੂੰ ਬਹੁਤ ਹੀ ਵਿਸ਼ਾਲ ਦਿਖਾਈ ਦਿੱਤਾ। ਉਹ ਕਹਿੰਦੇ ਮੈਨੂੰ ਦਿਖਾਈ ਦੇਵੇ ਏਡਾ ਵੱਡਾ ਆਦਮਖੋਰ ਜਿਵੇਂ ਪਾਣੀ ਵਾਲੀ ਟੈਂਕੀ ਹੁੰਦੀ ਆ। ਕਹਿੰਦੇ ਮੈਨੂੰ ਪੂਰਾ ਨਹੀਂ ਦਿਖਾਈ ਦਿੱਤਾ, ਬਸ ਕਹਿੰਦੇ ਜਿੱਥੇ ਮੈਂ ਖੜ੍ਹਾ ਸੀ ਮੈਨੂੰ ਉਹਦਾ ਢੈਡੇ ਦਿਖਾਈ ਦਿੰਦਾ ਸੀ। ਕੱਪੜਿਆਂ ਤੋਂ ਬਗੈਰ ਸੀ ਅਤੇ ਨੰਗਾ ਸੀ, ਕਾਲੇ ਰੰਗ ਦਾ ਸੀ, ਡਰਾਵਣੀ ਸ਼ਕਲ ਵਾਲਾ। ਕਹਿੰਦਾ ਉਹ ਵੱਡੇ ਜਮਦੂਤ ਨੇ ਕਿਹਾ ਕਿ ਇਹਨਾਂ ਦੀ ਜਿਹੜੀ ਲਾਈਟ ਆ ਉਹ ਗੁੱਲ ਕਰ ਦਿਓ, ਬੰਦ ਕਰ ਦਿਓ ਲਾਈਟ ਨੂੰ। ਕਹਿੰਦੇ ਮੇਰੇ ਦੇਖਦੇ ਦੇਖਦੇ ਸਾਡੇ ਘਰ ਦਾ ਜਿਹੜਾ ਬਿਜਲੀ ਦਾ ਮੇਨ ਸਵਿੱਚ ਸੀ ਉਹ ਬੰਦ ਹੋ ਗਿਆ। ਕਹਿੰਦੇ ਉਹਨਾਂ ਨੇ ਕਿਹਾ ਵੀ ਹਾਂਜੀ ਹੋ ਗਈ ਜੀ ਬੰਦ। ਇੱਕ ਨੇ ਕਿਹਾ ਕਹਿੰਦੇ ਨਹੀਂ ਹਜੇ ਨਹੀਂ ਹੋਈ, ਹਜੇ ਵੀ ਬਾਣੀ ਚੱਲ ਰਹੀ ਆ। ਕਹਿੰਦੇ ਉਹਨਾਂ ਨੇ ਫਿਰ ਵੇਖਿਆ ਅਤੇ ਕਿਹਾ ਕਹਿੰਦੇ ਇਹਨਾਂ ਦਾ ਜਿਹੜਾ ਇਨਵੈਟਰ ਆ ਨਾ ਉਹਦੀਆਂ ਤਾਰਾਂ ਕੱਢ ਦਿਓ। ਕਹਿੰਦੇ ਮੇਰੇ ਦੇਖਦੇ ਦੇਖਦੇ ਇਨਵੈਟਰ ਪਾਸੇ ਹੋ ਗਿਆ। ਜਦੋਂ ਕਹਿੰਦੇ ਇਨਵੈਟਰ ਵੀ ਬੰਦ ਹੋ ਗਿਆ ਤਾਂ ਬਾਣੀ ਚੱਲਣੀ ਬੰਦ ਹੋ ਜਾਂਦੀ। ਜਦੋਂ ਹੀ ਕਹਿੰਦੇ ਬਾਣੀ ਬੰਦ ਹੋਈ, ਲਾਈਟ ਬੰਦ ਕਰਕੇ ਬਾਣੀ ਬੰਦ ਹੋ ਗਈ, ਮੇਰੇ ਕਹਿੰਦੇ ਕੰਨਾਂ ਦੇ ਵਿੱਚ ਆਵਾਜ਼ਾਂ ਅਤੇ ਮੈਨੂੰ ਕਹਿੰਦੇ ਭਿਆਨਕ ਭਿਆਨਕ ਦ੍ਰਿਸ਼ ਦਿਸਣੇ ਸ਼ੁਰੂ ਹੋ ਗਏ। ਜੋ ਕਹਿੰਦੇ ਮੈਨੂੰ ਬਾਣੀ ਦਾ ਰਸ ਆ ਰਿਹਾ ਸੀ ਉਹ ਇੱਕਦਮ ਹੀ ਆਉਣਾ ਬੰਦ ਹੋ ਗਿਆ। ਬਸ ਕਹਿੰਦੇ ਸ਼ੋਰ ਸ਼ਰਾਬਾ ਭਾਂਡੇ ਟਿੰਡੇ ਖੜਕਣੇ ਸ਼ੁਰੂ ਹੋ ਗਏ, ਬਹੁਤ ਹੀ ਭਿਅੰਕਰ ਕਿਸਮ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਕਹਿੰਦੇ ਜਿਹੜੇ ਗੇਟਾਂ ਦੇ ਵਿੱਚ ਆ ਕੇ ਖੜ੍ਹੇ ਸੀ ਉਹਨਾਂ ਨੇ ਕਹਿੰਦੇ ਮੈਨੂੰ ਹੱਥ ਮਾਰਨੇ ਸ਼ੁਰੂ ਕਰਤੇ ਵੀ ਆ ਜਾ ਚੱਲੀਏ।
ਪਰ ਕਹਿੰਦੇ ਮੈਂ ਵਾਹਿਗੁਰੂ ਨੂੰ ਆਪਣੇ ਅੰਤਰਗਤ ਧਿਆ ਕੇ ਸਿਮਰਨ ਕਰੀ ਗਿਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ ਮੈਨੂੰ ਫੇਰ ਆਵਾਜ਼ ਆਈ ਅਤੇ ਮੈਨੂੰ ਕਹਿਣ ਲੱਗੇ ਵੀ ਤੂੰ ਜਿਨ੍ਹਾਂ ਦਾ ਸਿਮਰਨ ਕਰਦਾ ਆ ਤੇਰੇ ਕੀ ਲੱਗਦੇ ਆ। ਕਹਿੰਦੇ ਦੁਬਾਰਾ ਫੇਰ ਪੁੱਛਿਆ ਵੀ ਤੂੰ ਜਿਨ੍ਹਾਂ ਦਾ ਸਿਮਰਨ ਕਰੀ ਜਾਂਦਾ ਤੇਰੇ ਲੱਗਦੇ ਕੀ ਆ ਇਹ। ਕਹਿੰਦੇ ਮੈਂ ਕਿਹਾ ਕਿ ਮੇਰੇ ਇਹ ਮਾਲਕ ਲੱਗਦੇ ਆ। ਕਹਿੰਦੇ ਆਵਾਜ਼ ਆਈ, ਉਹਨਾਂ ਨੇ ਮੈਨੂੰ ਕਿਹਾ ਕਿ ਮਾਲਕ ਤਾਂ ਤੇਰਾ ਮੈਂ ਹਾਂ ਜਿਹਨੇ ਤੈਨੂੰ ਲੈ ਕੇ ਜਾਣਾ। ਕਹਿੰਦੇ ਤੁਸੀਂ ਮੇਰੇ ਮਾਲਕ ਬਾਅਦ ਦੇ ਵਿੱਚ ਹੋ, ਪਹਿਲਾਂ ਮੇਰਾ ਮਾਲਕ ਮੇਰਾ ਗੁਰੂ ਮੇਰਾ ਗੁਰੂ ਨਾਨਕ ਮੇਰਾ ਮਾਲਕ ਹੈ, ਮੇਰਾ ਵਾਹਿਗੁਰੂ ਮੇਰਾ ਮਾਲਕ ਹੈ, ਤੁਸੀਂ ਮੇਰੇ ਮਾਲਕ ਨਹੀਂ ਹੋ। ਫਿਰ ਕਹਿੰਦੇ ਮਾਲਕ ਦੀ ਕਿਰਪਾ ਨਾਲ ਮੈਂ ਇੱਕ ਸ਼ਬਦ ਉਚਾਰਿਆ, ਧਰ ਜੀਅਰੇ ਇੱਕ ਟੇਕ ਤੂੰ ਲਾਹੇ ਵਿਡਾਣੀ ਆਸ, ਨਾਨਕ ਨਾਮ ਧਿਆਈਏ ਘਰ ਜਾਵੇ ਰਾਸ। ਇਸ ਤੋਂ ਬਾਅਦ ਕਹਿੰਦੇ ਮੈਂ ਫਿਰ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਫਿਰ ਕਹਿੰਦੇ ਮੈਂ ਸਿਮਰਨ ਕਰੀ ਗਿਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਕ ਰਸ ਦੇ ਵਿੱਚ ਕਹਿੰਦੇ ਕਰੀ ਗਿਆ। ਕਹਿੰਦੇ ਫਿਰ ਜੋ ਆਵਾਜ਼ ਆਈ ਉਹ ਕਹਿੰਦੇ ਵੀ ਇਹਨੇ ਐਂ ਲੋਟ ਨਹੀਂ ਆਉਣਾ, ਆਪ ਦੀ ਕਾਰਵਾਈ ਸ਼ੁਰੂ ਕਰੋ। ਬਸ ਕਹਿੰਦੇ ਉਹਦੇ ਇੰਨੇ ਕਹਿਣ ਦੀ ਦੇਰ ਸੀ, ਕਹਿੰਦੇ ਬਹੁਤ ਜ਼ਹਿਰੀਲੇ ਤਰ੍ਹਾਂ ਦੇ ਸੱਪ ਦ੍ਰਿਸ਼ ਇੱਕਦਮ ਕਹਿੰਦੇ ਮੇਰੇ ਆਲੇ ਦੁਆਲੇ ਆਉਣੇ ਸ਼ੁਰੂ ਹੋ ਗਏ। ਕਹਿੰਦੇ ਮੈਂ ਵੇਖਦਾ ਪਿਆ ਕਿ ਉਹ ਮੇਰੇ ਵੱਲ ਨੂੰ ਵੱਧ ਰਿਹਾ, ਬਹੁਤ ਹੀ ਡਰਾਵਣੀਆਂ ਆਵਾਜ਼ਾਂ ਕੱਢ ਰਿਹਾ। ਸੱਪ ਕਹਿੰਦੇ ਫਰਾਟਾ ਮਾਰਦਾ ਸੀ, ਜਿੰਨੇ ਸੱਪ ਸੀ ਫਰਾਟੇ ਮਾਰਦੇ ਸੀ। ਕਹਿੰਦੇ ਗੈਸ, ਜਿਵੇਂ ਗੈਸ ਜਦੋਂ ਲੀਕ ਹੁੰਦੀ ਹੈ ਤਾਂ ਅੱਗ ਲੱਗ ਜਾਂਦੀ ਨਾ, ਕਹਿੰਦੇ ਇਸ ਤਰ੍ਹਾਂ ਉਹ ਫਰਾਟੇ ਮਾਰਦੇ ਸੀ ਅੱਗਾਂ ਦੇ। ਬਹੁਤ ਹੀ ਕਹਿੰਦੇ ਡਰਾਉਣਾ ਦ੍ਰਿਸ਼ ਸੀ ਮੇਰੇ ਕਮਰੇ ਦੇ। ਕਹਿੰਦੇ ਅੰਦਰ ਵੀ ਆਲੇ ਦੁਆਲੇ ਵੀ ਬਸ ਭੱਜੀਆਂ ਫਿਰਦੀਆਂ ਸੀ। ਇੱਥੇ ਕਹਿੰਦੇ ਮੈਂ ਸਿਮਰਨ ਬੰਦ ਨਹੀਂ ਕੀਤਾ, ਬਸ ਬੈਠਾ ਸਿਮਰਨ ਕਰੀ ਗਿਆ। ਜਦੋਂ ਕਹਿੰਦੇ ਮੈਂ ਸਿਮਰਨ ਕਰੀ ਗਿਆ ਉਹ ਚੀਜ਼ਾਂ ਮੇਰੇ ਲਾਗੇ ਨਹੀਂ ਆਈਆਂ, ਆਲੇ ਦੁਆਲੇ ਜ਼ਰੂਰ ਰਹੀਆਂ। ਕਹਿੰਦੇ ਮੇਰੇ ਤੋਂ 2 ਕੁ ਫੁੱਟ ਦੀ ਦੂਰੀ 'ਤੇ ਸਾਰੀਆਂ ਚੀਜ਼ਾਂ ਆ ਕੇ ਖੜ੍ਹ ਗਈਆਂ, ਉਸ ਤੋਂ ਅੱਗੇ ਨਹੀਂ ਵਧੀਆਂ। ਕਹਿੰਦਾ ਆਵਾਜ਼ ਆਈ ਕਿ ਚੱਲ ਬੰਦ ਕਰ ਅਤੇ ਆ ਜਾ ਬਾਹਰ ਨੂੰ, ਨਹੀਂ ਤਾਂ ਇਹ ਚੀਜ਼ਾਂ ਤੈਨੂੰ ਖਾ ਜੂਗੀਆਂ। ਤੂੰ ਕਹਿੰਦੇ ਇਹਨਾਂ ਦਾ ਦੋਸ਼ੀ ਆ, ਇਹ ਕਹਿੰਦੇ ਅਸੀਂ ਨਹੀਂ ਛੱਡ ਕੇ ਜਾਂਦੇ, ਸਾਡਾ ਇਹ ਦੋਸ਼ੀ ਆ। ਮੈਂ ਕਹਿੰਦੇ ਸਿਮਰਨ ਕਰਦਾ ਰਿਹਾ, ਉਹ ਮੈਨੂੰ ਅੱਗੋਂ ਕਹਿਣ ਕਿ ਕਿੰਨੀ ਦੇਰ ਤੱਕ ਸਿਮਰਨ ਕਰਦਾ ਰਹੇਗਾ। ਕਹਿੰਦੇ ਉਹ ਕਹਿੰਦਾ ਕਿ ਮੈਂ ਛੱਡ ਕੇ ਨਹੀਂ ਜਾਣਾ, ਤੈਨੂੰ ਲੈ ਕੇ ਹੀ ਜਾਣਾ ਨਾਲ। ਮੈਂ ਕਹਿੰਦੇ ਸਿਮਰਨ ਨਹੀਂ ਛੱਡਿਆ। ਕਹਿੰਦੇ ਮੇਰੇ ਆਲੇ ਦੁਆਲੇ ਹੋਰ ਭਿਅੰਕਰ ਚੀਜ਼ਾਂ ਆ ਗਈਆਂ, ਤਰ੍ਹਾਂ ਤਰ੍ਹਾਂ ਦੇ ਸੱਪ। ਕਹਿੰਦੇ ਕੋਈ ਫਰਾਟੇ ਮਾਰਦਾ, ਕੋਈ ਬਲ ਪਾ ਰਿਹਾ, ਕੋਈ ਜ਼ਹਿਰ ਛੱਡ ਰਿਹਾ, ਕੋਈ ਅੱਗ ਛੱਡ ਰਿਹਾ। ਕਹਿੰਦੇ ਬਸ ਢੇਰੇ ਲੱਗ ਗਿਆ ਮੇਰੇ ਕਮਰੇ ਦੇ ਵਿੱਚ, ਮੇਰੇ ਕਹਿੰਦੇ ਘਰਦਿਆਂ ਨੂੰ ਕੁਝ ਨਹੀਂ ਪਤਾ ਲੱਗਾ ਕਿ ਇਹ ਕੀ ਹੋ ਰਿਹਾ। ਕਹਿੰਦੇ ਜੋ ਕੁਝ ਵੀ ਮੈਨੂੰ ਸੂਖਮ ਦਿਖਾਈ ਦਿੰਦਾ ਸੀ ਉਹ ਮੈਨੂੰ ਹੀ ਦਿਖਾਈ ਦਿੰਦਾ ਸੀ। ਕਹਿੰਦੇ ਘਰਦਿਆਂ ਨੂੰ ਤਾਂ ਇੱਦਾਂ ਲੱਗਦਾ ਸੀ ਵੀ ਪਾਗਲ ਹੋ ਗਿਆ। ਕਹਿੰਦੇ ਉਹ ਤਾਂ ਇਹ ਸਮਝਦੇ ਕਿ ਸਦਾਈ ਹੋ ਗਿਆ, ਵੀ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰੀ ਜਾਂਦਾ, ਇਕੱਲਾ ਹੀ ਗੱਲਾਂ ਕਰੀ ਜਾਂਦਾ। ਕਹਿੰਦੇ ਉਹ ਕਹਿੰਦੇ ਪਤਾ ਨਹੀਂ ਇਹ ਕਿਹੜੀਆਂ ਗੱਲਾਂ ਕਰੀ ਜਾਂਦਾ, ਉਹ ਆ ਗਿਆ ਆਹ ਆ ਗਿਆ ਸੱਪ ਆ ਗਿਆ ਕਮਰਾ ਭਰ ਗਿਆ ਮੇਰੇ ਕੋਲ ਆ ਗਿਆ। ਕਹਿੰਦੇ ਉਹ ਕਹਿਣ ਲੱਗੇ ਕਿ ਚੰਗਾ ਭਲਾ ਸੀਗਾ ਇਹਨੂੰ ਹੋ ਕੀ ਗਿਆ। ਘਰਦਿਆਂ ਨੇ ਕਹਿੰਦੇ ਰਿਸ਼ਤੇਦਾਰਾਂ ਨੂੰ ਫੋਨ ਲਾਉਣੇ ਸ਼ੁਰੂ ਕਰ ਦਿੱਤੇ, ਬਈ ਇਹ ਇੱਦਾਂ ਦੀ ਹਰਕਤਾਂ ਕਰਦਾ ਆ ਕਿ ਮੇਰਾ ਟਾਈਮ ਆ ਗਿਆ ਮੈਂ ਜਾਣਾ, ਮੇਰਾ ਟਾਈਮ ਆ ਗਿਆ ਮੈਂ ਜਾਣਾ, ਬਾਹਰ ਨੂੰ ਦੌੜਦਾ। ਕਹਿੰਦੇ ਫਿਰ ਕਹਿੰਦੇ ਮੇਰੇ ਘਰਦਿਆਂ ਨੇ ਮੇਰੀ ਭੈਣ ਨੂੰ ਫੋਨ ਲਾਇਆ ਅਤੇ ਉਹ ਮੇਰੀ ਭੈਣ ਕਹਿੰਦੇ ਰੱਬ ਨੂੰ ਮੰਨਣ ਵਾਲੀ। ਕਹਿੰਦੇ ਮੇਰੇ ਭੈਣ ਜੀ ਨੇ ਦੱਸਿਆ ਵੀ ਇਹਨਾਂ ਨੂੰ ਵੀ ਇਹ ਜਿਹੜੀਆਂ ਗੱਲਾਂ ਕਰਦਾ ਆ ਸੱਚ ਆ, ਤੁਸੀਂ ਇਹਨੂੰ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਕੋਲ ਲੈ ਜਾਓ। ਰਾਤ ਦਾ ਕਹਿੰਦੇ ਸਮਾਂ ਜਿੱਦਾਂ ਕਿੱਦਾਂ ਕਰਕੇ ਲੰਘ ਗਿਆ। ਕਹਿੰਦੇ ਅਗਲੀ ਸਵੇਰ ਹੋਈ, ਮੇਰੇ ਘਰ ਦੇ ਮੈਨੂੰ ਰਾੜਾ ਸਾਹਿਬ ਲੈ ਕੇ ਗਏ। ਕਹਿੰਦੇ ਮੈਨੂੰ ਫੇਰ ਆਵਾਜ਼ ਆਈ ਸਵੇਰ ਨੂੰ ਕਿ ਤੂੰ ਹਟ ਜਾ,
ਤੈਨੂੰ ਅਸੀਂ ਬੜੇ ਪਿਆਰ ਨਾਲ ਰੱਖਾਂਗੇ। ਕਹਿੰਦੇ ਤੂੰ ਸਾਡੇ ਨਾਲ ਰਵੀਂ, ਜਿਹੜੇ ਬੰਦੇ ਲੈਣ ਆਉਂਦੇ ਨਾ ਤੈਨੂੰ, ਕਹਿੰਦੇ ਉਹਦਾ ਅਸੀਂ ਮੋਨੀਟਰ ਬੌਸ ਬਣਾ ਦਾਂਗੇ। ਕਹਿੰਦੇ ਫਿਰ ਤੂੰ ਬਾਕੀਆਂ ਨੂੰ ਲੈ ਕੇ ਜਾਇਆ ਕਰੀਂ, ਜੋ ਕੁਛ ਵੀ ਕਰਨਾ ਆ ਤੂੰ ਹੀ ਕਰੀਂ। ਪਰ ਕਹਿੰਦੇ ਜੋ ਤੂੰ ਇਹ ਕਰ ਰਿਹਾ ਇਹ ਕਰਨਾ ਬੰਦ ਕਰ ਦੇ, ਤੈਨੂੰ ਅਸੀਂ ਮੇਨ ਬੰਦਾ ਬਣਾ ਦਾਂਗੇ। ਕਹਿੰਦੇ ਇੱਕ ਵਾਰੀ ਬੰਦ ਕਰ ਦੇ ਇਹ, ਪਰ ਕਹਿੰਦੇ ਮੈਂ ਬੰਦ ਨਹੀਂ ਕੀਤਾ, ਮੈਂ ਵਾਹਿਗੁਰੂ ਸਿਮਰਨ ਕਰਦਾ ਰਿਹਾ। ਸਿਮਰਨ ਕਹਿੰਦੇ ਚੱਲਦਾ ਰਿਹਾ। ਕਹਿੰਦੇ ਫਿਰ ਮੈਨੂੰ ਕਹਿੰਦੇ ਵੀ ਤੂੰ ਇਹ ਦੱਸ ਵੀ ਤੂੰ ਚਾਹੁੰਦਾ ਕੀ ਹੈ। ਕਹਿੰਦੇ ਮੈਂ ਬਹੁਤ ਘਬਰਾਇਆ ਸੀ ਅਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ 2-4 ਦਿਨ ਹੋਰ ਦਿੱਤੇ ਜਾਣ। ਕਹਿੰਦੇ ਉਹ ਮੈਨੂੰ ਬੜੇ ਹੀ ਇੱਕ ਗੰਦੀ ਸ਼ਤਾਵਲੀ ਦੇ ਨਾਲ ਮੈਨੂੰ ਬਹੁਤ ਗਾਲਾਂ ਕੱਢ ਕੱਢ ਕੇ ਕਹਿ ਰਿਹਾ ਸੀ ਕਿ ਤੂੰ 2 ਦਿਨਾਂ ਦੇ ਵਿੱਚ ਕੀ ਕਰ ਲੈਣਾ। ਕਹਿੰਦੇ ਮੈਨੂੰ ਕਹਿੰਦੇ ਤੂੰ ਕੁਛ ਨਹੀਂ ਕਰ ਸਕਦਾ, ਤੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਰਾਬਾ ਪੀਂਦਾ ਰਿਹਾ, ਜਿਹੜਾ ਤੂੰ ਉਦੋਂ ਨਹੀਂ ਕੀਤਾ ਤਾਂ ਹੁਣ 2 ਦਿਨਾਂ ਦੇ ਵਿੱਚ ਕੀ ਕਰ ਲਏਗਾ। ਹੁਣ ਕਹਿੰਦੇ ਤੂੰ ਚੁੱਪ ਕਰ ਅਤੇ ਤੇਰਾ ਸਮਾਂ ਆ ਗਿਆ, ਤੂੰ ਮੇਰਾ ਦੋਸ਼ੀ ਹੈ, ਮੈਂ ਤੈਨੂੰ ਲੈ ਕੇ ਹੀ ਜਾਣਾ, ਤੂੰ ਸਿਮਰਨ ਕਰਨਾ ਬੰਦ ਕਰਦੇ ਨਹੀਂ ਤਾਂ ਮੈਂ ਤੇਰਾ ਬਹੁਤ ਬੁਰਾ ਹਾਲ ਕਰਨਾ। ਕਹਿੰਦੇ ਮੈਂ ਨਹੀਂ ਸਿਮਰਨ ਬੰਦ ਕੀਤਾ, ਮੇਰਾ ਕਹਿੰਦੇ ਉਲਟਾ ਸਮਾਂ ਕੇ ਭਰੋਸਾ ਬਣ ਗਿਆ ਕਿ ਜੇ ਮੈਂ ਸਿਮਰਨ ਬੰਦ ਨਹੀਂ, ਜੇ ਮੈਂ ਸਿਮਰਨ ਕਰਦਾ ਹਾਂ ਤਾਂ ਇਹ ਮੇਰੇ ਲਾਗੇ ਨਹੀਂ ਆਉਂਦਾ, ਵੀ ਜੇ ਮੈਂ ਬੰਦ ਕਰ ਦਿੱਤਾ ਇਹਨੇ ਮੈਨੂੰ ਲੈ ਜਾਣਾ, ਤਾਂ ਕਰਕੇ ਕਹਿੰਦੇ ਮੈਂ ਬੰਦ ਨਹੀਂ ਕੀਤਾ, ਭਰੋਸਾ ਬਣ ਗਿਆ। ਕਹਿੰਦਾ ਫਿਰ ਮੈਨੂੰ ਰਾੜਾ ਸਾਹਿਬ ਗੁਰਦੁਆਰਾ ਲੈ ਗਏ ਤਾਂ ਕਹਿੰਦੇ ਫਿਰ ਆਵਾਜ਼ ਆਈ ਕਿ ਹੁਣ ਮੈਂ ਬਹੁਤ ਦੂਰ ਜਾ ਰਿਹਾ, ਕਹਿੰਦੇ ਹੁਣ ਮੈਂ ਤੈਨੂੰ ਲੈਣ ਨਹੀਂ ਆਵਾਂਗਾ, ਤੈਨੂੰ ਕਹਿੰਦੇ ਲੈਣ ਵਾਸਤੇ ਕੋਈ ਹੋਰ ਹੀ ਬੰਦੇ ਭੇਜਾਂਗੇ। ਇੰਨਾ ਕਹਿ ਕੇ ਜਦ ਤੱਕ ਕਹਿੰਦੇ ਅਸੀਂ ਗੁਰਦੁਆਰਾ ਸਾਹਿਬ ਚਲੇ ਗਏ। ਅੰਦਰ ਕਹਿੰਦੇ ਅਸੀਂ ਦਰਬਾਰ ਸਾਹਿਬ ਮੱਥਾ ਟੇਕਿਆ, ਬਾਬਾ ਤੇਜਾ ਸਿੰਘ ਜੀ ਉਹਨਾਂ ਨੂੰ ਜਾ ਕੇ ਮਿਲੇ, ਉਹਨਾਂ ਦੇ ਚਰਨਾਂ ਵਿੱਚ ਬਹਿ ਕੇ ਕਹਿੰਦੇ ਮੈਂ ਉਹਨਾਂ ਨੂੰ ਸਾਰੀ ਵਾਰਤਾ ਦੱਸੀ। ਬਾਬਾ ਜੀ ਨੇ ਕਹਿੰਦੇ ਆਪਣੇ ਨੇਤਰ ਖੋਲ੍ਹੇ ਅਤੇ ਮੈਨੂੰ ਕਿਹਾ ਕਿ ਚਲੋ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਕਰੋ, ਲੰਗਰ ਹਾਲ ਦੇ ਵਿੱਚ ਜਾ ਕੇ ਸੇਵਾ 'ਤੇ ਲਾਓ। ਮਾਲਕ ਦੀ ਕਿਰਪਾ ਨਾਲ ਕਹਿੰਦੇ ਮੈਂ ਲੰਗਰ ਦੇ ਵਿੱਚ ਸੇਵਾ ਕਰਨ ਲੱਗ ਪਿਆ। ਅਗਲੇ ਹੀ ਦਿਨ ਕਹਿੰਦੇ ਮੈਨੂੰ ਅੰਮ੍ਰਿਤ ਸੰਚਾਰ ਕਰਵਾਇਆ, ਮੈਨੂੰ ਅੰਮ੍ਰਿਤ ਛਕਾਇਆ ਗਿਆ, ਗੁਰੂ ਵਾਲੇ ਬਣ ਗਏ। ਗੁਰੂ ਸਾਹਿਬ ਜੀ ਦੀ ਕਹਿੰਦੇ ਇੰਨੀ ਕਿਰਪਾ ਹੋਈ, ਰੋਜ਼ਾਨਾ ਸਿਮਰਨ ਕਰਨਾ, ਰਾੜਾ ਸਾਹਿਬ ਗੁਰਦੁਆਰਾ ਸਾਹਿਬ ਜਾਣਾ, ਉੱਥੇ ਲੰਗਰ ਹਾਲ ਦੇ ਵਿੱਚ ਜਾ ਕੇ ਸੇਵਾ ਕਰਨੀ। ਬਸ ਕਹਿੰਦੇ ਇੱਦੇ ਦਿਨ ਲੰਘਦੇ ਗਏ, ਗੁਰੂ ਵਾਲੇ ਬਣ ਗਏ, ਕੋਈ ਵੀ ਕਹਿੰਦੇ ਮੁੜ ਕੇ ਕਦੀ ਅਜਿਹੀ ਚੀਜ਼ ਦਿਖਾਈ ਨਹੀਂ ਦਿੱਤੀ। ਕਹਿੰਦੇ ਇੰਨੀ ਵਾਹਿਗੁਰੂ ਜੀ ਦੇ ਸਿਮਰਨ ਦੇ ਵਿੱਚ ਕਿਰਪਾ ਹੈ। ਉਸ ਤੋਂ ਬਾਅਦ ਕਹਿੰਦੇ ਮਾਲਕ ਦੀ ਬਹੁਤ ਕਿਰਪਾ ਹੋਈ, ਮਾਲਕ ਨੇ ਕਹਿੰਦੇ ਮੈਨੂੰ ਦੁਬਾਰਾ ਨਵਾਂ ਜਨਮ ਦੇ ਦਿੱਤਾ। ਜੇ ਕਹਿੰਦੇ ਮੈਂ ਮਹਾਂਪੁਰਖਾਂ ਦੀ ਸੰਗਤ ਨਾ ਕੀਤੀ ਹੁੰਦੀ, ਕਥਾ ਵਿਚਾਰ ਨਾ ਸੁਣੀ ਹੁੰਦੀ, ਕਹਿੰਦੇ ਉਸ ਟਾਈਮ ਮੈਂ ਸਿਮਰਨ ਕਰਨ ਦੀ ਬਜਾਏ ਰੋਣਾ ਕਰੋਣਾ ਸ਼ੁਰੂ ਕਰ ਦੇਣਾ ਸੀ। ਕਹਿੰਦੇ ਕਥਾ ਵਿਚਾਰਾਂ ਸੁਣੀਆਂ ਸੀ, ਸੰਗਤ ਕੀਤੀ ਸੀ, ਤਾਂ ਹੀ ਥੋੜ੍ਹਾ ਬਹੁਤ ਇਹ ਗਿਆਨ ਸੀ ਕਿ ਅੰਤ ਸਮੇਂ ਜੇ ਕੋਈ ਜੀਵ ਪਰਮਾਤਮਾ ਦਾ ਸਿਮਰਨ ਕਰਦਾ ਹੈ ਤਾਂ ਜਮ ਉਸਦੇ ਲਾਗੇ ਨਹੀਂ ਆਉਂਦੇ, ਸਿਮਰਨ ਦੇ ਨਾਲ ਜੀਵ ਨੂੰ ਮੁਕਤੀ ਮਿਲ ਜਾਂਦੀ ਹੈ। ਬਸ ਕਹਿੰਦੇ ਅੱਜ ਮਾਲਕ ਦੀ ਕਿਰਪਾ ਦੇ ਨਾਲ ਹੀ ਸਵਾਸ ਚੱਲਦੇ ਪਏ ਆ, ਮਾਲਕ ਨੇ ਸਵਾਸਾਂ ਦੇ ਵਿੱਚ ਵਾਧਾ ਪਾਇਆ। ਸੰਗਤ ਜੀ, ਇਹ ਜੋ ਤੁਸੀਂ ਇੱਕ ਸੱਚੀ ਘਟਨਾ ਸੁਣੀ ਆ ਕਿ ਜਮਦੂਤਾਂ ਨੇ ਆ ਕੇ ਨਾਮ ਜਪਣ ਵਾਲੇ ਦੀ ਜਾਨ ਕੱਢਣੀ ਚਾਹੀ, ਪਰ ਜਿਵੇਂ ਗੁਰਬਾਣੀ ਦੇ ਵਿੱਚ ਦੱਸਿਆ ਕਿ ਸਿਮਰਨ ਬਚਾ ਲੈਂਦਾ ਆ, ਮਨੂਹਾ ਨਾਮ ਤੇਰੇ ਸੰਗ ਸਹਾਈ। ਇਹ ਜੋ ਪ੍ਰੈਕਟੀਕਲ ਆ, ਇਹ ਭਾਈ ਸਾਹਿਬ ਉਹਨਾਂ ਨੇ ਆਪਾਂ ਨੂੰ ਵਾਹਿਗੁਰੂ ਸਿਮਰਨ ਚੈਨਲ ਲਈ ਭੇਜਿਆ ਸੀ, ਅਤੇ ਵਾਹਿਗੁਰੂ ਸਿਮਰਨ ਚੈਨਲ ਆਪਣਾ ਜੋ ਹੈ ਉਹ ਡਿਲੀਟ ਹੋ ਗਿਆ, ਅਤੇ ਅਸੀਂ ਵੀਡੀਓ ਸਾਂਭ ਕੇ ਰੱਖੀ ਸੀ।
ਹੁਣ ਦੁਬਾਰਾ ਅਸੀਂ ਇਹ ਵੀਡੀਓ ਪਾ ਨਹੀਂ ਸਕਦੇ, ਤਾਂ ਕਰਕੇ ਆਪਣੀ ਆਵਾਜ਼ ਦੇ ਵਿੱਚ ਉਹਨਾਂ ਦਾ ਆਪਾਂ ਪ੍ਰੈਕਟੀਕਲ ਸ਼ੇਅਰ ਕੀਤਾ ਆ। ਜਿਵੇਂ ਤੁਸੀਂ ਪਹਿਲਾਂ ਇਸ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਸੀ, 4-5 ਲੱਖ ਸੰਗਤਾਂ ਨੇ ਇਹ ਪ੍ਰੈਕਟੀਕਲ ਸੁਣਿਆ ਸੀ, ਸ਼ੇਅਰ ਬਹੁਤ ਕੀਤਾ ਸੀ, ਬਹੁਤ ਜੀਵਾਂ ਨੇ ਸ਼ੇਅਰ ਕੀਤਾ ਸੀ, ਕਿਉਂਕਿ ਇਸ ਸਿਮਰਨ ਪ੍ਰੈਕਟੀਕਲ ਦੇ ਵਿੱਚੋਂ ਜੋ ਸਾਨੂੰ ਸਿੱਖਣ ਨੂੰ ਮਿਲਦਾ ਆ ਉਹ ਇਹ ਆ ਕਿ ਸਿਮਰਨ ਅੰਤ ਸਮੇਂ ਜੀਵ ਨੂੰ ਜਮਾਂ ਦੀ ਮਾਰ ਤੋਂ ਬਚਾ ਲੈਂਦਾ। ਜਦ ਤੱਕ ਸਿਮਰਨ ਚੱਲਦਾ ਆ ਜਮ ਲਾਗੇ ਨਹੀਂ ਆ ਸਕਦੇ। ਇਹ ਤਾਂ ਰਸਨਾ ਤੋਂ ਸਿਮਰਨ ਚੱਲਦਾ ਆ, ਪਰ ਇਸ ਤੋਂ ਬਾਅਦ ਜਦੋਂ ਅਸੀਂ ਨਾਮ ਦੇ ਵਿੱਚ ਧਿਆਨ ਲਗਾ ਲੈਂਦੇ ਹਾਂ, ਜਮ ਵਾਹਿਗੁਰੂ ਜੀ ਸਾਨੂੰ ਕੁਝ ਵੀ ਨਹੀਂ ਕਹਿ ਸਕਦੇ। ਗੁਰਬਾਣੀ ਇਸ ਗੱਲ 'ਤੇ ਮੋਹਰ ਲਾਉਂਦੀ ਹੈ। ਆਪ ਜੀ ਨੂੰ ਪ੍ਰੈਕਟੀਕਲ ਵਧੀਆ ਲੱਗਾ ਹੋਵੇ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।